ਚਲੋ ਬਈ ਅੱਜ ਆਪਾਂ ਸਟਾਰਟ ਕਰਾਂਗੇ ਔਰਗੈਨਿਕ ਕੈਮਿਸਟਰੀ। ਠੀਕ ਹੈ, ਉੱਥੋਂ ਲਾਈਟ ਛੱਡੋ। ਯਾਰ ਔਰਗੈਨਿਕ ਵਰਡ ਦਾ ਮਤਲਬ ਪਤਾ ਕੀ ਹੁੰਦਾ ਹੈ? ਜਿਹਦੇ ਵਿੱਚ ਕਾਰਬਨ ਹੋਵੇ। ਕੀ ਹੋਵੇ? ਬਸ ਜਮਾਂ ਸ਼ਾਰਟ ਕਰਾਊਂਗਾ, ਨਾ ਫਾਲਤੂ ਤੇ ਨਾ ਘੱਟ। ਕਹਿੰਦਾ ਬਈ ਕਾਰਬਨ ਜਿਹੜੇ ਵੀ ਐਲੀਮੈਂਟ ਸਬਸਟਾਂਸ ਕੰਪਾਊਂਡ ਚ ਉਹਦੀ ਸਟੱਡੀ ਕਰਵਾ ਦਿਓ ਤੇ ਉਹਨੂੰ ਕਹਿ ਦਿਓ ਔਰਗੈਨਿਕ ਕੈਮਿਸਟਰੀ। ਕੀ ਕਹਿ ਦਿਓ ਉਹਨੂੰ? ਔਰਗੈਨਿਕ ਕੈਮਿਸਟਰੀ। ਕਹਿੰਦਾ ਕਾਰਬਨ ਹੀ ਕਿਉਂ? ਕਹਿੰਦਾ ਕਾਰਬਨ ਤਾਂ ਬਈ ਕਾਰਬਨ ਦਾ ਨੰਬਰ ਹੁੰਦਾ ਹੈ 6। ਕਿੰਨਾ ਨੰਬਰ ਹੁੰਦਾ? ਪਹਿਲੇ ਦੇ ਵਿੱਚ 2 ਆਉਂਦੇ ਆ, ਦੂਜੇ ਦੇ ਵਿੱਚ 4 ਆਉਂਦੇ ਆ। ਕਾਰਬਨ ਉਲਝ ਜਾਂਦਾ ਵੀ ਮੈਂ ਇਲੈਕਟ੍ਰੋਨ ਦੇਵਾਂ ਕਿ ਲਵਾਂ। ਇਸੇ ਚੱਕਰ 'ਚ ਇਹ ਕੋਵਲੈਂਟ ਬੌਂਡ ਬਣਾਉਣ ਲੱਗ ਜਾਂਦਾ। ਕੀ ਬਣਾਉਂਦਾ? ਇਹ ਬੌਂਡ ਬਣਾਉਂਦਾ ਤੇ ਇਹਦੀਆਂ ਨਾ ਲੰਬੀਆਂ ਲੰਬੀਆਂ ਚੇਨਾਂ ਬਣਦੀਆਂ। ਦੇਖੋ, ਇੱਕ ਬੌਂਡ ਬਣਾਉਂਦਾ, 2 ਬਣਾਉਂਦਾ, 3 ਬਣਾਉਂਦਾ ਤੇ 4 ਬਣਾਉਂਦਾ। 4 ਹੀ ਤਾਂ ਬਾਹਰ ਹੈ ਤੇ 4 ਹੀ ਤਾਂ ਚਾਹੀਦੇ ਆ। ਠੀਕ ਹੈ, ਇੱਥੇ ਆ ਗਿਆ, ਮੰਨ ਕੇ ਚਲੋ ਐਚ ਆ ਗਿਆ। ਕੀ ਆ ਗਿਆ? ਇਹ ਕੀ ਬਣ ਗਿਆ? ਇਹ ਬਣ ਗਿਆ CH4 ਬਣ ਗਿਆ। ਠੀਕ ਹੈ, ਇਹ ਨਾ ਕਾਰਬਨ ਦੀ ਜਿਹੜੀ ਆ ਖੂਬੀ ਹੈ ਲੰਬੀਆਂ ਲੰਬੀਆਂ ਚੇਨਾਂ ਬਣਾਉਣ ਦੀ, ਜਿਵੇਂ ਆਹ ਲੰਬੀ ਚੇਨ ਆਈ ਹੁੰਦੀ ਆ ਅਸਲ 'ਚ। ਕਹਿੰਦਾ ਦੇਖੋ, ਇੱਕ ਦੂਜੇ ਨਾਲ ਹੀ ਜੁੜ ਜਾਂਦਾ ਕਾਰਬਨ। ਕਾਰਬਨ 'ਚ ਇੱਕ ਪ੍ਰੋਪਰਟੀ ਹੁੰਦੀ ਆ, ਕਿਧਰ ਨੂੰ ਮਰਜ਼ੀ ਲੈ ਜਾਂਦੀ ਆ। ਆਹ ਪ੍ਰੋਪਰਟੀ ਨੂੰ ਆਪਾਂ ਕੈਟੀਨੇਸ਼ਨ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ? ਇੱਕ ਦੂਜੇ ਦੇ ਨਾਲ ਲੰਬੀਆਂ ਲੰਬੀਆਂ ਜਾਂ ਬ੍ਰਾਂਚਡ ਚੇਨਾਂ ਬਣਾਉਣਾ। ਠੀਕ ਹੈ, ਤੇ ਆਪਾਂ ਇਹਦੀ ਸਟੱਡੀ ਕਿਉਂ ਕਰਦੇ ਹਾਂ? ਕਿਉਂਕਿ ਜਿਹੜੇ ਦੇਖੋ ਆਪਾਂ ਡੇਲੀ ਜਿਹੜਾ ਵੀ ਕੁਝ ਵਰਤੀ ਜਾਂਦੇ ਉਹਦੇ 'ਚ ਕਾਰਬਨ ਆ। ਆਹ ਇੰਕ 'ਚ ਵੀ ਕਾਰਬਨ ਹੈ, ਆਹ ਪਲਾਸਟਿਕ 'ਚ, ਲਿਫਾਫੇ 'ਚ ਕਾਰਬਨ। ਲਿਫਾਫਾ ਕੀ ਹੈ? ਬਹੁਤ ਲੰਬੀ ਚੇਨ ਆ ਕਾਰਬਨ ਦੀ। ਠੀਕ ਹੈ, ਤਾਂ ਇਸ ਚੱਕਰ ਕਰਕੇ ਆਪਾਂ ਕਾਰਬਨ ਨੂੰ ਇਸ ਚੈਪਟਰ 'ਚ ਪੂਰਾ ਮੇਨ ਮੰਨਣਾ। ਕੀ ਮੰਨਣਾ? ਮੇਨ। ਕਹਿੰਦਾ ਯਾਰ ਜਦੋਂ ਕਾਰਬਨ ਜਦੋਂ ਬੌਂਡ ਬਣਾਉਂਦਾ ਤਾਂ ਇਹ ਕਿੰਨੇ ਬੌਂਡ ਬਣਾਉਂਦਾ? ਭਾਈ 4। ਜਦੋਂ 4 ਬਣਾਊਗਾ ਤਾਂ ਇਹਨੂੰ ਆਪਾਂ ਕਹਿ ਦਾਂਗੇ ਟੈਟਰਾ। ਟੈਟਰਾ ਮਤਲਬ 4, ਵੇਲੈਂਟ ਮਤਲਬ ਵੈਲੈਂਸੀ। ਇਹ 4 ਬਣਾਉਂਦਾ ਭਾਈ, ਤਾਂ ਕਾਰਬਨ ਕੀ ਹੁੰਦਾ? ਟੈਟਰਾ ਵੈਲੈਂਸੀ 'ਚ ਹੁੰਦਾ। ਕਾਹਦੇ 'ਚ ਹੁੰਦਾ? ਪਤਾ ਲੱਗ ਗਿਆ। ਕਹਿੰਦਾ ਯਾਰ ਜਦੋਂ ਕਾਰਬਨ ਚੇਨਾਂ ਬਣਾਉਂਦਾ ਨਾ ਤਾਂ ਇਹ ਆਪਦੇ ਆਪ ਨਾਲ ਹੀ ਲਿੰਕ ਕਰੀ ਜਾਂਦਾ। ਇਹਦੀ ਚੇਨ ਆਏ ਲੰਬੀ ਵੀ ਹੋ ਸਕਦੀ ਹੈ ਜੀ। ਦੇਖੋ ਆ ਸਿੱਧੀ ਚੇਨ ਆ, ਆਹ ਡੰਡੇ ਵੇਚ। ਇੱਕ ਚੀਜ਼ ਹੋਰ ਪਰਖ ਇੱਧਰ, ਆਹ ਡੰਡੀਆਂ ਕਿੰਨੀਆਂ ਹਰੇਕ ਦੇ ਆਸੇ ਪਾਸੇ? 1, 2, 3, 4 ਇਹਦੇ ਆਸੇ ਪਾਸੇ। ਇਹਦੇ 1, 2, 3, 4 ਇਹਦੇ ਆਸੇ ਪਾਸੇ। 1, 2, 3, 4 ਇਹਦੇ ਆਸੇ ਪਾਸੇ। 1, 2, 3, 4 ਇਹ 4 ਹੋਣੇ ਚਾਹੀਦੇ ਜੀ। 4 ਹੈਗੀ ਤਾਂ ਸਵਾਲ ਗਲਤ ਹੈ, ਦੇਸੀ ਕੰਮ ਹੈ ਜੀ। ਕਹਿੰਦਾ ਯਾਰ ਇਹ ਤਾਂ ਹੋ ਗਈ ਸਟਰੇਟ ਚੇਨ। ਇੱਕ ਹੁੰਦੀ ਆ ਬਾਈ ਬ੍ਰਾਂਚਡ ਚੇਨ। ਆਹ ਦੇਖੋ ਬ੍ਰਾਂਚਾਂ ਆਈ ਜਾਂਦੀਆਂ ਨੇ, ਬ੍ਰਾਂਚਾਂ ਉੱਤੇ ਥੱਲੇ ਬ੍ਰਾਂਚ ਹੁੰਦੀ ਆ, ਐਵੇਂ ਵੀ ਬਣ ਜਾਂਦਾ। ਹਰੇਕ ਦੇ ਆਸੇ ਪਾਸੇ ਕਿੰਨੇ ਆ? ਦੇਖੋ ਇਹਦੇ ਆਸੇ ਪਾਸੇ 4 ਹੈ ਨਹੀਂ ਤਾਂ ਇਹ ਗਲਤ ਸੀਗਾ, ਤਾਂ ਆਪਾਂ 4 ਬਣਾਤੇ। ਇਹਦੇ ਆਸੇ ਪਾਸੇ ਕਿੰਨੇ? 1, 2, 3, 4 ਇਹਦੇ ਆਸੇ ਪਾਸੇ ਕਿੰਨੇ? 1, 2, 3, 4 ਇਹਦੇ ਆਸੇ ਪਾਸੇ। 1, 2, 3, 4 ਖਤਮ। ਪਤਾ ਲੱਗੀ ਜਾਂਦਾ ਆਸੇ ਪਾਸੇ ਕੀ ਹੈ? 4 ਆ ਬ੍ਰਾਂਚਡ ਹੈ। ਕਹਿੰਦਾ ਯਾਰ ਇਹ ਤਾਂ ਹੋ ਗਈ ਬ੍ਰਾਂਚਡ, ਤੇ ਕਾਰਬਨ ਯਾਰ ਇਹੋ ਜਿਹੀ ਚੇਨ ਵੀ ਬਣਾ ਲੈਂਦਾ ਵੀ ਇਹਦਾ ਇੱਕ ਡੱਬਾ ਬਣ ਜਾਂਦਾ। ਡੱਬਾ ਡੱਬਾ ਘੱਟੋ ਘੱਟ ਕਿੰਨੇ ਕਾਰਬਨਾਂ ਦਾ ਬਣੂਗਾ? 2 ਦਾ ਬਣ ਜੂਗਾ, ਆਪ ਸੋਚ ਲਾ। ਨਹੀਂ ਬਣਦਾ, ਘੱਟੋ ਘੱਟ ਕਿੰਨੇ ਦਾ ਬਣੂਗਾ? 3 ਦਾ। ਡੱਬਾ ਮਤਲਬ ਕੋਈ ਵੀ ਬੰਦ ਚੀਜ਼, ਟ੍ਰੈਂਗਲ ਵੀ ਕਹਿ ਲਓ ਚਲੋ ਕੋਈ ਡੱਬੇ ਨੂੰ। ਆਵੇ 3 ਹੋ ਗਏ, ਕਿੰਨੇ ਹੋ ਗਏ? 3। ਪਰ ਪੰਗਾ ਪੈ ਗਿਆ, ਇਹਦੇ ਆਸੇ ਪਾਸੇ ਕਿੰਨੇ? 1, 2 ਕਿੰਨੇ ਹੋਰ ਚਾਹੀਦੇ ਆ? 2 ਇਹਦੇ ਆਸੇ ਪਾਸੇ ਕਿੰਨੇ? 1, 2 ਕਿੰਨੇ ਹੋਰ ਚਾਹੀਦੇ ਆ? 2 ਇਹਦੇ ਆਸੇ ਪਾਸੇ ਕਿੰਨੇ? 1, 2 ਕਿੰਨੇ ਹੋਰ ਚਾਹੀਦੇ ਆ? 2 4 ਦਾ ਕੰਮ ਓਕੇ ਆ। ਇਹ ਇੱਕ ਕੀ ਬਣ ਗਿਆ? ਬੰਦ ਡੱਬਾ ਬਣ ਗਿਆ, ਇਹ ਟ੍ਰੈਂਗਲ ਬਣ ਗਿਆ।
ਕਿੰਨੇ ਕਾਰਬਨ ਹੈ? ਤਿੰਨ। ਕਿੰਨੇ ਕਾਰਬਨ ਹੈ? ਤਿੰਨ। ਠੀਕ ਹੈ, ਜੇ ਭਾਈ ਚਾਰ ਹੋਣਗੇ ਤੁਹਾਡਾ ਪੰਜ ਬਣ ਜਾਊਗਾ। ਠੀਕ ਹੈ, ਆਸੇ ਪਾਸੇ ਕਿੰਨੇ ਡੰਡੇ ਲਾਓਗੇ? ਚਾਰ, ਇੱਕ ਦੋ ਤਿੰਨ, ਚਾਰ ਇੱਕ ਦੋ ਤਿੰਨ, ਚਾਰ ਇੱਕ ਦੋ ਤਿੰਨ, ਚਾਰ ਇੱਕ ਦੋ ਤਿੰਨ, ਚਾਰ ਖਤਮ ਹੈ ਗਣ। ਠੀਕ ਹੈ, ਕਹਿੰਦਾ ਡੱਬਾ ਯਾਰ ਪੰਜ ਕਾਰਬਨ ਦਾ ਹੀ ਬਣ ਸਕਦਾ, ਮਤਲਬ ਇਹ ਜਿੰਨੇ ਮਰਜ਼ੀ ਹੋਣ ਯਾਰ ਬਣਾਈ ਜਾਣਾ ਆਪਾਂ। ਠੀਕ ਹੈ, ਜਿੱਧਰ ਜੀ ਕਰੇ ਉੱਧਰ ਟੰਗ ਦਿਆ ਕਰੋ, ਡੱਬਾ ਬਣ ਜਾਂਦਾ ਵਾ। ਪੰਜ ਹੋ ਗਏ, ਛੇ ਦਾ ਬਣਾ ਲਾ, ਛੇ ਹੋ ਗਈ, ਪਤਾ ਲੱਗ ਗਿਆ। ਇਹ ਕਾਰਬਨ ਦੀ ਇੱਕ ਖੂਬੀ ਹੈ ਜਿਹਦੇ ਨਾਲ ਵਾਧੂ ਸਾਰੇ ਸਬਸਟਾਂਸ ਬਣੀ ਜਾਂਦੇ, ਜਿਵੇਂ ਕਿ ਲਿਫਾਫੇ ਹੋ ਗਏ, ਜਿਵੇਂ ਕਿ ਆਪਣੀ ਹੋ ਗਿਆ, ਪਲਾਸਟਿਕ ਹੋ ਗਿਆ, ਪਲਾਸਟਿਕ ਕਾਰਬਨ ਦਾ ਹੀ ਤਾਂ ਬਣਦਾ ਸਾਰਾ। ਓਕੇ ਹੈ, ਚਲੋ ਬਈ। ਉਸ ਤੋਂ ਬਾਅਦ ਨਾ ਯਾਰ ਇਹ ਕਹਿੰਦੇ ਨਾ ਕਾਰਬਨ ਦਾ ਜਿਹੜਾ ਬੌਂਡ ਬਣਾਉਣ ਦਾ ਤਰੀਕਾ ਹੈ ਨਾ, ਜੇ ਇਹਦੇ ਨਾਲ ਤੁਸੀਂ ਹੋਰ ਕੁਛ ਵੀ ਨਹੀਂ ਲਾਇਆ ਗਾ ਤਾਂ ਐਚ ਜ਼ਰੂਰ ਲਾਉਣੀ ਹੈ। ਕੀ ਲਾਉਣੀ ਹੈ? ਜ਼ਰੂਰ ਐਚ ਲਾਉਣੀ ਹੈ। ਠੀਕ ਹੈ, ਮੰਨ ਕੇ ਚੱਲੋ ਮੈਂ ਕੀ ਕੀਤਾ, ਮੈਂ ਕਿਹਾ ਬਾਈ ਇੱਕ ਕਾਰਬਨ ਨਾਲ ਖੇਡ ਕੇ ਦੇਖਦੇ ਹਾਂ ਕਿੰਨੀਆਂ ਐਚਾਂ ਲੱਗਣਗੀਆਂ। ਬਾਈ ਚਾਰ ਲੱਗਣਗੀਆਂ, ਇਹਨੂੰ ਕੀ ਕਹਿ ਦਿਆਂਗੇ ਜੀ ਆਪਾਂ? ਸੀ ਐਚ ਫੋਰ। ਸੀ ਕਿੰਨੀ ਹੈ? ਸੀ ਇੱਕ ਹੈ। ਸੀ ਕਿੰਨੀ ਹੈ? ਇੱਕ ਹੈ। ਸੀ ਇੱਕ ਨੂੰ ਭਾਈ ਮੈਥ ਕਹਿੰਦੇ ਆ। ਕੀ ਕਹਿੰਦੇ ਆ? ਮੈਥ ਕਹਿੰਦੇ ਆ। ਆ ਕਿੰਨੇ ਕਿੰਨੇ ਡੰਡੇ ਆ? ਇੱਕ ਇੱਕ ਡੰਡਾ ਹੈ, ਸਿੰਗਲ ਬੌਂਡ ਹੈ। ਕੀ ਹੈ? ਸਿੰਗਲ ਬੌਂਡ ਹੈ। ਸਿੰਗਲ ਬੌਂਡ ਵਾਸਤੇ ਏਨ ਕਹਿੰਦੇ ਆ, ਚੱਕਣਾ ਰੱਖਤਾ ਆਪਾਂ ਦਾ ਇਹਦਾ, ਪਤਾ ਲੱਗ ਗਿਆ ਨਾਮ ਕਿਹਨੇ ਰੱਖਿਆ। ਇੱਕ ਸੀ ਦਾ ਮੈਥ, ਇੱਕ ਸੀ ਦਾ ਮੈਥ, ਸਿੰਗਲ ਬੌਂਡ ਦਾ ਏਨ। ਹੁਣ ਨਾ ਉਹ ਕਹਿੰਦਾ ਬਈ ਅਗਲੇ ਬੰਦੇ ਕਿਵੇਂ ਲਿਆਏਗਾ? ਕੁਛ ਨਹੀਂ ਕਰਨਾ, ਅਗਲੇ ਬੰਦੇ ਦੱਸੋ ਕਿਵੇਂ ਆਉਣਗੇ, ਤੁਹਾਨੂੰ ਪੜ੍ਹਾਇਆ ਇਹ ਦੱਸੋ। ਬੰਦਾ ਆਊਗਾ ਨਾ ਬਈ, ਅਗਲਾ ਬੰਦਾ ਆਊਗਾ, ਇੱਕ ਸੀ ਤੇ ਦੋ ਐਚਾਂ ਜੋੜ ਦਿਓ, ਇੱਕ ਸੀ ਦੋ ਐਚਾਂ ਜੋੜ ਦਿਓ। ਚੱਕੋ ਜੀ, ਇੱਕ ਸੀ ਜੋੜ ਦਿੰਦੇ ਹਾਂ, ਦੋ ਹੋ ਗਈਆਂ, ਦੋ ਐਚਾਂ ਜੋੜ ਦਿੰਦੇ ਹਾਂ, ਛੇ ਹੋ ਗਈਆਂ। ਸੀਆਂ ਦੋ ਐਥ ਕਹਿੰਦੇ ਆ ਜੀ, ਕੀ ਕਹਿੰਦੇ ਆ? ਬਣਾ ਕੇ ਦਿਖਾ ਦਿਓ। ਚੱਕੋ ਜੀ, ਸੀਆਂ ਦੋ, ਆਸੇ ਪਾਸੇ ਡੰਡੇ ਕਿੰਨੇ ਲਾਉਣੇ ਆ? ਚਾਰ ਲਾਉਣੇ ਆ। ਵਾਕਈ ਠੀਕ ਹੈ ਭਾਈ, ਛੇ ਐਚਾਂ ਬਣ ਗਈਆਂ, ਸਾਰੇ ਸਿੰਗਲ ਹੈ। ਸਿੰਗਲ ਹੈ ਤਾਂ ਕੀ ਹੈ? ਏਨ, ਪਤਾ ਲੱਗ ਗਿਆ। ਹੁਣ ਵਾਰੀ ਵਾਰੀ ਫੋਟੋ ਨਹੀਂ ਬਣਾ ਕੇ ਦਿਖਾਉਂਦਾ ਮੈਂ, ਠੀਕ ਹੈ। ਹੁਣ ਆਪਾਂ ਅਗਲਾ ਬੰਦਾ ਦੱਸੋ ਕਿਹੜਾ ਬਣੂਗਾ? ਇੱਕ ਸੀ ਜੋੜੋ ਤੇ ਦੋ, ਤਿੰਨ ਸੀਆਂ ਨੂੰ ਕਹਿੰਦੇ ਆ ਪ੍ਰੋਪ। ਕੀ ਕਹਿ ਦਿੰਦੇ ਆ? ਪ੍ਰੋਪ ਆਏ ਹੋ ਜੂਗਾ ਦੇਖ ਲਓ, ਠੀਕ ਹੈ। ਪ੍ਰੋਪ ਏਨ ਕੀ ਬਣ ਗਿਆ? ਇਹ ਗੇਟ ਖੋਲੀ ਦੀ ਪ੍ਰੋਪੇਨ। ਓਕੇ ਆ, ਚਾਰ ਸੀਆਂ ਨੂੰ ਕੀ ਕਹਿੰਦੇ ਆ? ਬਿਊਟੇਨ। ਕੀ ਕਹਿ ਦਿੰਦੇ ਆ? ਬਿਊਟੇਨ। ਆਹ ਦੇਖ, ਚਾਰ ਸੀਆਂ ਇੱਥੇ ਲੱਗ ਗਈਆਂ ਬਈ, ਐਚਾਂ ਲਾ ਦੀ ਬਸ ਆਸੇ ਪਾਸੇ। ਹੁਣ ਤੂੰ ਆਪੇ ਸੀਆਂ ਚਾਰ ਤੇ ਐਚਾਂ ਕੀ ਕਹਿ ਦਿੰਦੇ ਆ? ਬਟ ਏਨ। ਉਸ ਤੋਂ ਬਾਅਦ ਚ ਕੀ ਹੋਊਗਾ? ਸੀਆਂ ਕਿੰਨੀਆਂ ਆ ਜਾਣਗੀਆਂ ਹੁਣ? ਪੰਜ ਤੇ ਐਚਾਂ ਕੀ ਕਵਾਂਗੇ? ਕਵਾਂਗੇ ਕੀ? ਪੈਂਟ ਏਨ। ਫਿਰ ਕਿੰਨੀਆਂ ਸੀਆਂ ਆ ਜਾਣਗੀਆਂ? ਐਚ ਚੌਦਾਂ। ਕੀ ਆਖਾਂਗੇ? ਹੈਕਸ ਏਨ। ਸੀ ਸੱਤ, ਐਚ ਸੋਲਾਂ। ਕੀ ਆਖਾਂਗੇ? ਨਹੀਂ ਨਹੀਂ ਹੈਪਟ, ਸੱਤ ਮਤਲਬ ਹੈਪਟ, ਠੀਕ ਹੈ ਨਾ। ਫਿਰ ਕਿੰਨੀਆਂ ਸੀਆਂ? ਅੱਠ ਓਕਟ ਏਨ। ਫਿਰ ਕਿੰਨੀਆਂ ਸੀਆਂ? ਨੌ। ਕੀ ਆਖਾਂਗੇ? ਨੌਨ ਏਨ। ਫਿਰ ਕਿੰਨੀਆਂ ਸੀਆਂ? ਡੈਕੇ ਨੇ ਨਾ ਬਹੁਤ ਹੈ ਮੱਥਾ ਮਾਰ, ਆਪਣਾ ਤਾਂ ਇੱਥੇ ਜੇ ਬੱਸ ਹੋ ਜਾ ਕਰੂਗੀ ਆਪਣੀ, ਤੁਹਾਡੇ ਦਸਵੀਂ ਕਲਾਸ ਦੇ ਵਿੱਚ ਤਾਂ ਲੋੜ ਹੀ ਨਹੀਂ ਪੰਗਾ ਲੈਣੀ, ਠੀਕ ਹੈ। ਅੱਗੇ ਚੱਲੀਏ। ਇਹ ਕੀ ਸੀਗੀ? ਆਪਾਂ ਬਹਾਨੇ ਨਾਲ ਨਾ ਆਪਾਂ ਇੱਕ ਭਾਈ ਸੀਰੀਜ਼ ਪੜ੍ਹ ਗਏ ਬਹਾਨੇ ਦੇ ਨਾਲ। ਕੀ ਪੜ੍ਹ ਗਏ ਆਪਾਂ? ਸੀਰੀਜ਼, ਇਹਨੂੰ ਹੋਮੋਲੋਗਸ ਸੀਰੀਜ਼ ਕਹਿਣ ਲੱਗ ਗਏ। ਕੀ ਕਹਿਣ ਲੱਗ ਗਏ?
ਮਤਲਬ ਇੱਕੋ ਜਿਹੀ, ਲੋਗਸ ਮਤਲਬ ਸੀਰੀਅਲ ਵਾਈਜ਼, ਇੱਕੋ ਜਿਹੀ ਸੀਰੀਅਲ ਵਾਈਜ਼ ਸੀਰੀਜ਼ ਪੜ੍ਹਨੀ। ਹੁਣ ਉਹ ਕਹਿੰਦੇ ਯਾਰ ਠੀਕ ਹੈ ਸਿੰਗਲ ਬੌਂਡ ਤਾਂ ਤੁਸੀਂ ਪੜ੍ਹਾ ਗਏ, ਡਬਲ ਬੌਂਡ ਯਾਰ ਤੂੰ ਆਪ ਦਿਮਾਗ ਲਾ ਭਰਾਵਾ, ਡਬਲ ਬੌਂਡ ਘੱਟੋ ਘੱਟ ਦੋ ਬੰਦਿਆਂ ਦੇ ਵਿਚਕਾਰ ਹੀ ਬਣੋ, ਇਕੱਲੇ 'ਚ ਥੋੜ੍ਹੀ ਬਣ ਜੂ। ਤਾਂ ਦੋ ਬੰਦੇ ਕਿਹੜੇ ਕਿਹੜੇ ਹੋਣਗੇ? ਦੋਨੇ ਕਾਰਬਨ ਹੋਣਗੇ। ਦੇਖੋ ਡਬਲ ਬੌਂਡ ਵੀ ਕਾਰਬਨਾਂ ਦੇ ਵਿੱਚ ਹੀ ਬਣਦਾ, ਦੋਵਾਂ ਦੇ ਸੀਧਾ ਐਚ ਨਾਲ ਨਹੀਂ ਬਣਦਾ, ਸੀਧਾ ਸੀ ਨਾਲ ਹੀ ਬਣਦਾ। ਯਾਨੀ ਕਿ ਘੱਟੋ ਘੱਟ ਕਿੰਨੇ ਕਾਰਬਨ ਹੈ? ਪਹਿਲੇ 'ਚ ਦੋ ਕਾਰਬਨ ਹੈ, ਤੇ ਐਚਾਂ ਕਿੰਨੀਆਂ ਹੋਣਗੀਆਂ ਦੱਸੋ ਜੀ, ਗਿਣਤੀ ਮਹਾਰਾਜ ਦੀ। ਇੱਕ ਦੋ ਕਿੰਨੇ ਹੁੰਦੇ ਆ? ਚਾਰ ਹੁੰਦੇ ਆ। ਕਿੰਨੇ ਡੰਡੇ ਲਾਵਾਂ? ਦੋ ਲਾ ਦਿੰਦੇ ਆ। ਚੱਕੋ ਇੱਕ ਦੋ ਚਾਰ ਹੋ ਗਏ, ਐਚਾਂ ਕਿੰਨੀਆਂ? ਹਾਂ ਸੀਆਂ ਤਾਂ ਹੈਗੀਆਂ ਨੇ ਦੋ, ਤੇ ਐਚਾਂ ਹੈਗੀਆਂ ਨੇ ਚਾਰ। ਯਾਨੀ ਕਿ ਬਾਈ ਜਿਹੜੀ ਡਬਲ ਬੌਂਡ ਵਾਲੀ ਸੀਰੀਜ਼ ਹੈ ਨਾ, ਉਹ ਇੱਕ ਸੀ ਤੋਂ ਤਾਂ ਸਟਾਰਟ ਹੀ ਨਹੀਂ ਹੁੰਦੀ, ਉਹ ਦੋ ਸੀਆਂ ਤੋਂ ਹੀ ਸਟਾਰਟ ਹੁੰਦੀ ਆ। ਤਾਂ ਇਹਦਾ ਨਾਮ ਕੀ ਹੋ ਗਿਆ? ਐਥੇਨ। ਨਹੀਂ, ਸੀ ਟੂ ਦਾ ਮਤਲਬ ਕੀ ਹੈ? ਐਥ। ਡਬਲ ਬੌਂਡ ਦਾ ਮਤਲਬ ਹੁੰਦਾ ਈਨ। ਕੀ ਮਤਲਬ ਹੁੰਦਾ? ਈਨ, ਠੀਕ ਹੈ। ਡਬਲ ਦਾ ਮਤਲਬ ਈਨ ਹੁੰਦਾ, ਦੋਵਾਂ ਦਾ ਮਤਲਬ ਮੈਂ ਤੈਨੂੰ ਦੱਸ ਹੀ ਗਿਆ ਸੀ। ਈਥੀਨ ਹੋ ਗਿਆ। ਫਿਰ ਆ ਗਿਆ ਭਾਈ ਤੇਰਾ ਤਿੰਨ ਕਾਰਬਨਾਂ ਵਾਲਾ, ਕਿੰਨੇ ਕਾਰਬਨ? ਅੱਗੇ ਕਹਾਣੀ ਸੇਮ ਹੀ ਹੈ, ਮੱਥਾ ਮਾਰ ਦੀ ਲੋੜ ਨਹੀਂ। ਕਹਿੰਦਾ ਬਾਈ ਜਦੋਂ ਤੂੰ ਨੈਕਸਟ ਤੇ ਜਾਣਾ ਹੈ ਤਾਂ ਕੀ ਕਰੀ? ਤੂੰ ਇੱਕ ਸੀ ਜੋੜ ਦੇ ਅਤੇ ਦੋ ਐਚ ਜੋੜ ਦੇ। ਆਹ ਕਹਾਣੀ ਸੇਮ ਹੈ। ਸੀ ਇੱਕ ਜੋੜ ਕੇ ਕਿੰਨਾ ਬਣ ਗਿਆ? ਦੋ ਐਚਾਂ ਜੋੜ ਕੇ ਕਿੰਨੇ ਆ? ਤਿੰਨ। ਤਿੰਨ ਦਾ ਮਤਲਬ ਭਾਈ ਪ੍ਰੋਪਰ। ਡਬਲ ਦਾ ਮਤਲਬ ਕੀ ਹੈ? ਆਪਾਂ ਡਬਲ ਵਾਲੀ ਸ਼ੁਰੂ ਕਰਤੀ ਬਹਾਨੇ ਨਾਲ ਸੀਰੀਜ਼, ਠੀਕ ਹੈ। ਸਿੰਗਲ ਵਾਲੀ ਤਾਂ ਆਪਾਂ ਦੇਖ ਗਏ। ਅਗਲਾ ਬੰਦਾ ਦੱਸ ਕੀ ਆਊਗਾ? ਐਚ ਏਟ। ਕੀ ਆਖੇਗਾ ਇਹਨੂੰ? ਬਟ ਈਨ, ਠੀਕ ਹੈ। ਅਗਲਾ ਬੰਦਾ ਦੱਸ ਕੀ ਆਊਗਾ? ਕੀ ਆਖੇਗਾ ਇਹਨੂੰ? ਪੈਂਟ ਈਨ, ਠੀਕ ਹੈ। ਐਂ ਕਰਦੇ ਕਰਦੇ ਹੈਕਸ ਈਨ ਆ ਜੂਗਾ, ਹੈ ਨਾ। ਫਿਰ ਹੈਪਟ ਈਨ ਆ ਜੂਗਾ, ਫਿਰ ਓਕਟ ਈਨ ਆ ਜੂਗਾ, ਫਿਰ ਨੌਨ ਈਨ ਆ ਜੂਗਾ, ਤੇ ਫਿਰ ਡੈਕੀਨ ਆ ਜੂਗਾ। ਆਪਣਾ ਇੱਥੇ ਨਿਬੜ ਜਾ ਕਰੂਗਾ। ਹੁਣ ਆਪਾਂ ਬਹਾਨੇ ਨਾਲ ਕਿਹੜੀ ਪੜ੍ਹ ਲਈ? ਡਬਲ ਬੌਂਡ ਵਾਲੀ ਪੜ੍ਹ ਲਈ। ਹੁਣ ਬਹਾਨੇ ਨਾਲ ਪੜ੍ਹਾਂਗੇ ਟ੍ਰਿਪਲ ਵਾਲੀ। ਕਿਹੜੀ? ਦੇਖਦੇ ਟ੍ਰਿਪਲ ਵੀ ਤਾਂ ਬਾਈ ਘੱਟੋ ਘੱਟ ਦੋ ਬੰਦਿਆਂ 'ਚ ਹੀ ਬਣੋ, ਤੇ ਦੋ ਬੰਦੇ ਕੀ ਹੋਣਗੇ? ਉਹ ਕਾਰਬਨ। ਇੱਕ ਦੋ ਤਿੰਨ, ਚੱਕ ਚਾਰ। ਇੱਕ ਦੋ ਤਿੰਨ, ਚੱਕ ਚਾਰ। ਸੀਆਂ ਕਿੰਨੀਆਂ? ਐਚਾਂ ਕਿੰਨੀਆਂ? ਸਮਝ ਗਏ ਨਾ। ਇਹ ਪਹਿਲੀ ਆ ਟ੍ਰਿਪਲ ਬੌਂਡ ਵਾਲੇ ਦੀ। ਦੋ ਦਾ ਮਤਲਬ ਕੀ ਹੁੰਦਾ? ਐਥ ਹੁੰਦਾ। ਤੇ ਤਿੰਨ ਬੌਂਡਾਂ ਦਾ ਮਤਲਬ ਕੀ ਹੁੰਦਾ? ਆਈਨ ਹੁੰਦਾ। ਕੀ ਹੁੰਦਾ? ਆਈਨ ਹੁੰਦਾ। ਪਤਾ ਲੱਗ ਗਿਆ ਕੀ ਹੈ? ਅਗਲੇ ਕੀ ਜੋੜਾਂਗੇ? ਇੱਕ ਸੀ ਤੇ ਦੋ। ਚੱਕੋ ਚੱਕੋ, ਕਲੀਅਰ ਹੈ ਨਾ। ਤਿੰਨ ਦਾ ਮਤਲਬ ਕੀ ਹੁੰਦਾ? ਪ੍ਰੋਪ। ਟ੍ਰਿਪਲ ਹੈ ਸਾਰੇ, ਤਾਂ ਆਈਨ ਹੋ ਗਿਆ। ਅਗਲਾ ਸੀ ਫੋਰ ਐਚ, ਹਾਂ ਬਟ ਚੱਲੀ ਜਾਊਗਾ, ਠੀਕ ਹੈ। ਪੈਂਟਾਈਨ, ਹੈਕਸਾਈਨ, ਹੈਪਟਾਈਨ, ਆਕਟਾਈਨ, ਬਸ ਨਿਬੜ ਜਾਣਾ। ਇਹ ਕਲੀਅਰ ਹੋ ਗਿਆ, ਡਨ। ਕਹਿੰਦਾ ਯਾਰ ਐਂ ਤਾਂ ਤੁਸੀਂ ਰੱਟਾ ਮਰਾਉਣ ਲੱਗ ਗਏ ਇਹਨਾਂ ਨੂੰ, ਜਨਤਾ ਨੂੰ ਕੀ ਮਰਾਉਣ ਲੱਗ ਗਏ ਤੁਸੀਂ? ਕਹਿੰਦਾ ਰੱਟਾ। ਕਹਿੰਦਾ ਕੋਈ ਫਾਰਮੂਲਾ ਹੀ ਦੇ ਜਾਓ ਅੱਜ ਸਾਨੂੰ। ਪਹਿਲਾਂ ਆਪਾਂ ਗੱਲ ਕਰਾਂਗੇ ਮੈਥ ਵਾਲਿਆਂ ਦੀ, ਯਾਨੀ ਕਿ ਸਿੰਗਲ ਬੌਂਡ ਵਾਲਿਆਂ ਦੀ, ਈਨ ਵਾਲਿਆਂ ਦੀ। ਫਿਰ ਆਪਾਂ ਗੱਲ ਕਰਾਂਗੇ ਡਬਲ ਬੌਂਡ ਵਾਲਿਆਂ ਦੀ, ਯਾਨੀ ਕਿ ਈਨ ਵਾਲਿਆਂ ਦੀ। ਆਹ ਸਿੰਗਲ ਹੁੰਦਾ ਹੈ, ਡਬਲ ਹੁੰਦਾ ਹੈ। ਫਿਰ ਆਪਾਂ ਗੱਲ ਕਰਾਂਗੇ ਆਈਨ ਵਾਲਿਆਂ ਦੀ, ਆਹ ਕੀ ਹੁੰਦਾ ਹੈ? ਟ੍ਰਿਪਲ ਹੁੰਦਾ ਹੈ। ਪਤਾ ਲੱਗ ਗਿਆ ਕੀ ਹੈ? ਕਹਿੰਦਾ ਯਾਰ ਜਿਹੜੇ ਸਿੰਗਲ ਬੌਂਡ ਵਾਲੇ ਆ ਨਾ, ਉਹਨਾਂ ਦਾ ਇੱਕ ਫਾਰਮੂਲਾ ਬਣਾ ਲਿਓ, ਸੀ ਐਨ ਐਚ ਟੂ ਐਨ ਪਲੱਸ ਟੂ, ਠੀਕ ਹੈ। ਜਿਹੜੇ ਡਬਲ ਵਾਲੇ ਆ ਨਾ,
ਉਹਨਾਂ ਦਾ ਫਾਰਮੂਲਾ ਬਣਾ ਲਿਓ CnH2n, ਜਿਹੜੇ ਟ੍ਰਿਪਲ ਵਾਲੇ ਆ CnH2n ਮਾਈਨਸ ਮਾਈਨਸ 2, ਇੰਨੀ ਗੱਲ ਪਤਾ ਲੱਗੀ ਆ? ਬੋਲੋ, ਆਹ ਫਾਰਮੂਲਾ ਦੇ ਤਾ ਆਪਾਂ ਨੂੰ, ਉਹ ਬਾਈ ਐਨ ਕੀ ਹੈ, ਐਨ ਐਨ ਨੰਬਰ ਹੈ, ਨੰਬਰ ਹੈ, 1 2 3 4 ਭਰ ਦੋ, ਪਹਿਲਾਂ ਇੱਕ ਭਰ ਕੇ ਦੇਖ ਲਾ, ਇੱਕ ਨੂੰ ਦਿਖਾਉਣ ਦੀ ਲੋੜ ਨਹੀਂ, ਇੱਕ ਤਾਂ ਇੱਕ ਹੈਗਾ ਜੀ, 2 × 1 2, 2 × 2 ਵਾਕਈ ਬਣ ਗਿਆ ਮਿੱਥੇ ਨੇ, ਹੁਣ ਇਹਨੇ 2 ਭਰ ਕੇ ਦੇਖ ਲਾ, ਸੀਆਂ 2, 2 × 2 = 4 ਤੇ 2 ਵਾਕਈ ਰਿਥੇਨ ਬਣ ਗਿਆ, ਉਹ ਬਣੀ ਜਾਂਦਾ ਹੁਣ ਸਾਰਾ ਜਿਹੜਾ ਪਿੱਛੇ ਦੇਖਿਆ ਹੈ, ਇੱਥੇ ਇੱਕ ਭਰ ਕੇ ਦੇਖ ਲਿਆ, ਇੱਕ ਤਾਂ ਹੈਗਾ ਹੀ ਆ, ਇੱਕ ਚ ਪਰ ਗੜਬੜ ਹੈ, ਇੱਕ ਸ਼ੁਰੂ ਹੀ ਨਹੀਂ ਸੀ ਹੁੰਦਾ ਯਾਦ ਹੈ, ਈਨ ਤੋਂ ਇਹ 2 ਤੋਂ ਸ਼ੁਰੂ ਹੁੰਦਾ ਸੀ, ਕਫ ਸ਼ੁਰੂ ਹੁੰਦਾ ਸੀ, ਇੱਥੇ 2, ਇੱਥੇ ਇਹ ਕੀ ਹੈ, ਇੱਥੇ 3, ਆਹ ਵੀ 2 ਤੋਂ ਸ਼ੁਰੂ ਹੁੰਦਾ ਸੀਗਾ, 2 × 2 = 4, 4 × 2 ਕੱਢੇ 2, ਇਹ ਕੀ ਹੈ, ਮਤਲਬ ਇਹ ਫਾਰਮੂਲਾ ਲਾ ਕੇ ਵੀ ਤੁਸੀਂ ਇਹਨਾਂ ਦੇ ਆਂਸਰ ਕੱਢ ਸਕਦੇ ਹੋ, ਗਿਆ ਕਲੀਅਰ? ਇੰਨੀ ਗੱਲ ਤੁਹਾਡੇ ਜਮਾਂ ਰੱਟ ਗਈ। ਉਸ ਤੋਂ ਬਾਅਦ ਚ ਭਾਈ ਨਾ ਇੱਕ ਹੋਰ ਚੀਜ਼ ਸਿਖਾ ਰਿਹਾ ਆਪਾਂ ਨੂੰ, ਉਹ ਇਹਨੂੰ ਦਿਮਾਗ ਚ ਬਿਠਾ ਲੈਣਾ ਆਪਾਂ, ਇਹ ਮੇਨ ਹੈ ਜਮਾਂ, ਆਹ ਕੀ ਹੈ, ਮੈਥ ਏਨ ਹੈ, ਇੱਕ ਮਤਲਬ ਮੈਥ ਏਨ, ਠੀਕ ਹੈ ਨਾ, ਆਹ ਕੀ ਹੈ, ਐਥ ਏਨ, ਦੇਖੋ ਇੱਕ ਸੀ ਜੋੜੀ ਤੇ 2 H ਜੋੜੀਆਂ, ਕਹਿੰਦਾ ਦੱਸਣਾ ਕੀ ਚਾਹੁੰਦੇ ਹੋ, ਦੱਸਣਾ ਅਸੀਂ ਇਹ ਚਾਹੁੰਦੇ ਹਾਂ, ਇੱਕ ਨਾ ਇਹ ਤਾਂ ਹੁੰਦੇ ਆ ਸਾਰੇ ਅਲਕੇਨਸ, ਕੀ ਹੁੰਦੇ ਆ ਇਹ, ਆ ਦੇਖ ਨਾ ਯਾਰ, ਏਨਸ ਏਨਸ ਏਨਸ, ਠੀਕ ਹੈ, ਅਲਕ ਮੂਹਰੇ ਲਾਉਣਾ ਹੁੰਦਾ ਇਹਨਾਂ ਨੇ, ਇੱਕ ਨਾ ਹੁਣ ਨਵੀਂ ਚੀਜ਼ ਹੁੰਦੀ ਆ ਉਹਨੂੰ ਅਲਕਾਈਲ ਕਹਿੰਦੇ ਆ, ਕੀ ਕਹਿੰਦੇ ਆ ਉਹਨੂੰ, ਕੀ ਕਹਿ ਦਿੰਦੇ ਆ ਉਹਨੂੰ, ਦੱਸੋ ਕੀ ਹੁੰਦਾ ਅਲਕਾਈਲ ਬਾਈ, ਹੁਣ ਕਰਾਇਆ ਉੱਧਰ ਮੈਡਮ, ਕੁਛ ਨਹੀਂ ਕਰਨਾ ਬਾਈ, ਜਮਾਂ ਦੇਸੀ ਕੰਮ ਪਤਾ ਕੀ ਹੈ, ਏਨ ਵਾਲੇ ਚੋਂ ਇੱਕ ਐਚ ਘਟਾ ਦੋ, ਖਤਮ, ਪਤਾ ਲੱਗ ਗਿਆ, ਕਿੰਨੀ ਐਚ ਆ, ਕਿੰਨੀਆਂ ਲਿਖ ਦਈਏ, ਮੈਥ ਤਾਂ ਮੈਥ ਹੀ ਪਾ, ਵਾਈ ਐਲ ਪਾ ਦੇ, ਪਤਾ ਲੱਗ ਗਿਆ, ਇੱਥੇ ਹੀ ਕਰੇਗਾ, ਐਥ ਤਾਂ ਇੱਥੇ ਹੀ ਪਾ, ਵਾਈ ਐਲ ਪਾ ਦੇ, ਖਤਮ, ਬਸ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ, ਇਹ ਇਕੱਲੇ ਏਨ ਵਾਲਿਆਂ 'ਚ ਹੀ ਆ, ਹੋਰ ਕਿਸੇ 'ਚ ਹੈ ਹੀ ਨਹੀਂ, ਇਹ ਯਾਰ ਯਾਦ ਹੀ ਇਸੇ 'ਚ ਕਰਨਾ ਆਪਾਂ, ਇਹ ਪਤਾ ਲੱਗ ਗਿਆ, ਚਲ ਆਹ ਦੱਸ ਭਾਈ ਇਹਦਾ ਨਾਂ ਦੱਸ, ਕੀ ਕਰਾਂ, ਇਹਦਾ ਨਾਂ ਬੋਲ ਕੀ ਆ, ਤੂੰ ਦੱਸ ਯਾਰ, ਯਾਰ ਔਕਟ ਕਿਉਂ ਕਮਲ ਮਾਰੀ ਜਾਂਦਾ ਭਰਾਵਾ, 3 ਹੈ, ਇਹ 8 ਦੇਖਦਾ ਤੈਨੂੰ, ਪ੍ਰੋਪ ਆਈਲ, ਪਤਾ ਲੱਗ ਗਿਆ ਨਾ, C3H ਟਗਲਾ ਸੀ, 1H ਘਟਾਤੀ, YL ਲਾ ਦੋ, ਕੀ ਲਾ ਦੋ, 1H ਘਟਾਓ ਤੇ YL ਲਾਓ, ਖਤਮ, ਠੀਕ ਹੈ, ਅਲਕਾਈਲ ਕਹਿੰਦੇ ਆ ਇਹ, ਆਈ ਇਹ ਕੀ ਚੱਕਰ ਆ ਯਾਰ, ਆਈ ਕਾਹਤੋਂ ਕਹੀ ਜਾਂਦੇ ਇਹਨਾਂ ਨੂੰ, ਕਿਉਂਕਿ ਨਾ ਇਹ ਸਾਈਡ ਤੇ ਲੱਗਦੇ ਆ, ਕਿਤੇ ਨਾ ਕਿਤੇ, ਕਿੱਥੇ ਲੱਗਦੇ ਆ, ਸਾਈਡ, ਆਪਾਂ ਦੇਖਿਆ ਕਾਹਦੀ ਸਾਈਡ ਤੇ, ਇਕੱਲਾ ਬਸ ਆਈ ਦੇਖਣਾ ਸਾਈਡ ਤੇ ਲੱਗਦੇ, ਠੀਕ ਹੈ, ਇਹ ਗੇਮ ਹੁੰਦੀ ਆ। ਉਸ ਤੋਂ ਬਾਅਦ ਚ ਨਾ 2-3 ਚੀਜ਼ਾਂ ਹੋਰ ਦੇਖਾਂਗੇ ਭਾਈ, ਕਹਿੰਦਾ ਯਾਰ ਜੇ ਐਚ ਤੋਂ ਇਲਾਵਾ ਕੁਛ ਹੋਰ ਲੱਗਿਆ, ਜੇ ਐਚ ਤੋਂ ਇਲਾਵਾ ਕੁਛ ਹੋਰ ਲੱਗਿਆ, ਮੰਨ ਕੇ ਚੱਲ, ਆ ਬੈਠੀ ਹੈ ਤੇਰੀ ਸੀ, ਬੰਦੇ ਕਿੰਨੇ ਆਸੇ ਪਾਸੇ 4, 3 ਤਾਂ ਐਚ ਹੀ ਹੈ,
ਇਹਦੀ ਥਾਂ ਤੇ ਕੁਛ ਹੋਰ ਹੈ, ਉਹ ਐਚ ਆ ਗਿਆ, ਇਹਦੇ ਚ ਕੀ ਆ ਗਿਆ? ਇਹਨੂੰ ਪਤਾ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਐਲਕੋਹਲ। ਕੀ ਕਹਿ ਦਿੰਦੇ ਇਹਨੂੰ? ਇਹਨੂੰ ਲਿਖਾਂ ਕਿਵੇਂ? ਆਹ ਦੇਖ ਸੀ, ਠੀਕ ਹੈ, ਇੱਕ ਦੋ ਤਿੰਨ, ਠੀਕ ਹੈ, ਨਾਲ ਕੀ ਹੈ? ਓ ਐਚ ਹੈ। ਆਹ ਦੇਖ ਇਹ ਯਾਰ, ਆਹ ਮਿਥਾਇਲ ਨਹੀਂ ਬਣ ਗਿਆ? ਧਿਆਨ ਨਾਲ ਦੇਖ, ਐਚ ਘੱਟ ਗਈ, ਬਣ ਗਿਆ ਨਹੀਂ ਬਣਿਆ? ਮੈਥ ਆਇਲ ਐਲਕੋਹਲ ਨਾਂ ਰੱਖਿਆ ਗਿਆ। ਕੀ ਨਾਂ ਰੱਖਿਆ ਗਿਆ ਇਹਦਾ? ਪਤਾ ਲੱਗ ਗਿਆ, ਦੇਸੀ ਗੱਲ। ਉਸ ਤੋਂ ਬਾਅਦ ਚ ਆ ਜਾ, ਹੁਣ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਮਾੜਾ ਮਾੜਾ। ਇੱਕ ਅਬ ਬੜਿਆ ਸੀਗਾ ਇੱਥ ਏਨ, ਇੱਥੇ ਨੀ ਕੀ ਸੀਗਾ? ਦੇਖ ਦੋ ਸੀਗੀਆਂ, ਐਂ ਲੱਗੀਆਂ ਸੀਗੀਆਂ ਐਚਾਂ। ਕੀ ਲੱਗੀਆਂ ਸੀਗੀਆਂ? ਕੀ ਸਿਖਾਇਆ ਸੀਗਾ? ਇੱਕ ਐਚ ਲਾ ਦੋ, ਉਹਨੂੰ ਵਾਈ ਐਲ ਕਹਿਣ ਲੱਗ ਜਾਓ। ਕੀ ਕਹਿਣ ਲੱਗ ਜਾਓ? ਹੁਣ ਮੈਂ ਇੱਥੇ ਨਾ ਐਥ ਆਇਲ ਬਣਾਉਣ ਲੱਗੇ, ਦੇਖੋ ਬਾਈ ਐਤਕੀ ਮੈਂ ਉਹ ਐਚ ਇੱਥੇ ਟੰਗ ਦਿੱਤੀ। ਧਿਆਨ ਨਾਲ ਦੇਖੋ ਲਾਸਟ ਜਮਾ ਆਪਣਾ, ਦੇਖੋ ਬਈ ਹੈ ਤਾਂ ਇਹ ਐਥ ਹੀ, ਕਿਉਂਕਿ ਸੀਆਂ ਕਿੰਨੀਆਂ ਨੇ? ਦੋ। ਸੀਆਂ ਕਿੰਨੀਆਂ ਨੇ? ਦੋ। ਪਰ ਐਚ ਲਾ ਤੀ, ਇਥਾਈਲ ਬਣ ਗਿਆ। ਕੀ ਬਣ ਗਿਆ? ਪਰ ਐਚ ਲਾਈ ਹੈ, ਨਾਲ ਆ ਵੀ ਟੰਗੀ ਬੈਠੇ ਹੋ, ਇਥਾਈਲ ਐਲਕੋਹਲ, ਇਥਾਈਲ ਐਲਕੋਹਲ, ਆਹ ਤਾਂ ਇਥਾਈਲ ਹੀ ਹੈ, ਤੇ ਆਹ ਕੀ ਹੈ? ਐਲਕੋਹਲ। ਓਕੇ ਹੈ ਕੰਮ ਜਮਾ, ਕਲੀਅਰ ਹੋ ਗਿਆ? ਠੀਕ ਹੈ, ਇਹ ਸੀਗਾ ਆਪਣਾ ਅਲਕੇਨ, ਅਲਕੀਨ, ਅਲਕਾਈਨ ਤੇ ਅਲਕਾਈਲ ਗਰੁੱਪ। ਕਿਹੜਾ ਗਰੁੱਪ? ਅਲਕਾਈਲ। ਤੇ ਆਪਾਂ ਇੱਕ ਗੱਲ ਕਰੀਏ ਐਲਕੋਹਲ ਗਰੁੱਪ ਦੀ, ਕਾਹਦੀ ਗੱਲ ਕਰੀਏ? ਐਲਕੋਹਲ ਗਰੁੱਪ, ਪਤਾ ਲੱਗ ਗਿਆ ਕੀ ਹੈ? ਐਲਕੋਹਲ ਗਰੁੱਪ ਦੀ ਇੱਕ ਲਾਸਟ ਚੀਜ਼ ਦੇਖ ਲੈਂਦੇ ਹਾਂ, ਦੇਖੋ ਬਈ, ਸੀ ਹੈਗੀ ਆ ਥ੍ਰੀ, ਪ੍ਰੋਪੇਨ ਯਾਦ ਆ ਗਿਆ, ਪ੍ਰੋਪ, ਐਚ ਅੱਠ ਹੁੰਦੀਆਂ ਸੀ, ਮੈਂ ਭਾਈ ਸੱਤ ਕਰਤੀਆਂ, ਉਹ ਐਚ ਟੰਗਤਾ ਨਾਲ। ਦੇਖੋ ਅੱਠ ਲਿਖਤਾ ਇੱਥੇ, ਉਹ ਐਚ ਨਹੀਂ ਟੰਗਿਆ ਜਾਣਾ, ਕਿਉਂਕਿ ਉਹ ਕ੍ਰਿਟੇਰੀਆ ਮੁੱਕ ਜੂਗਾ ਸੀ ਦੇ ਆਸੇ ਪਾਸੇ ਚਾਰ ਵਾਲਾ। ਬਣਾ ਕੇ ਦਿਖਾ ਦਿੰਦਾ, ਦੇਖੋ ਸੀਆਂ ਕਿੰਨੀਆਂ ਨੇ? ਤਿੰਨ। ਇੱਕ ਦੋ ਤਿੰਨ, ਇੱਕ ਦੋ, ਇੱਕ ਦੋ ਤਿੰਨ, ਇੱਕ ਦੋ ਤਿੰਨ, ਚਾਰ ਪੰਜ ਛੇ ਸੱਤ ਅੱਠ ਐਚ ਆਉਣੀਆਂ ਚਾਹੀਦੀਆਂ ਸੀ। ਤੇ ਜੇ ਤੁਸੀਂ ਐਚਾਂ ਸੱਤ ਲਿਖੀ ਜਾਂਦੇ ਤਾਂ ਫਿਰ ਆਹ ਥਾਂ ਖਾਲੀ ਥੋੜ੍ਹੀ ਛੱਡੋਗੇ, ਇਸ ਥਾਂ ਤੇ ਕੀ ਟੰਗ ਦੋਗੇ? ਆਹ ਚੀਜ਼ ਹੁੰਦੀ ਆ। ਜੇ ਅੱਠ ਲਿਖਿਆ ਗਿਆ ਤਾਂ ਉਹ ਐਚ ਨਹੀਂ ਆਉਣਾ ਇੱਥੇ, ਫਿਰ ਤਾਂ ਥਾਂ ਹੀ ਪੂਰੇ ਸਾਰੇ। ਇਹਦਾ ਨਾਂ ਕੀ ਆ? ਇਹਦਾ ਨਾਂ ਦੇਖ, ਪ੍ਰੋਪ ਆਇਲ ਐਲਕੋਹਲ। ਹੁਣ ਦੇਖੋ ਇਹਦੇ ਦੋ ਤਰ੍ਹਾਂ ਦੇ ਨਾਂ ਹੁੰਦੇ ਆ ਬਾਈ। ਇਹ ਤਾਂ ਹੁੰਦਾ ਦੇਸੀ ਨਾਮ, ਕਿਹੜਾ ਨਾਮ ਹੁੰਦਾ? ਦੇਸੀ। ਇੱਕ ਹੁੰਦਾ ਭਾਈ ਅੰਗਰੇਜ਼ੀ, ਅੰਗਰੇਜ਼ੀ ਨੂੰ ਆਪਾਂ ਆਯੂਪੈਕ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ? ਐਲਕੋਹਲ ਦਾ ਸਿਖਾਊਂਗਾ ਇਕੱਲੇ ਦਾ। ਇਹ ਕਹਿੰਦਾ ਬਾਈ ਜਿੱਥੇ ਯਾਰ ਓ ਐਚ ਆ ਗਿਆ ਨਾ, ਬਸ ਕੁਛ ਨਾ ਕਰੀ, ਪਿੱਛੇ ਓ ਐਲ ਲਾ ਦੀ, ਪਿੱਛੇ ਕੀ ਲਾ ਦੀ? ਓ ਐਲ ਲਾ ਦੀ, ਬਾਕੀ ਸੇਮ ਰੱਖੀ, ਬਾਕੀ ਕੀ ਰੱਖੀ? ਸੇਮ ਰੱਖੀ, ਸੇਮ ਯਾਦ ਕਰ। ਸੀ ਥ੍ਰੀ ਦਾ ਹੁੰਦਾ ਸੀ ਪ੍ਰੋਪ, ਐਚ ਅੱਠ ਦਾ ਹੁੰਦਾ ਸੀ ਪ੍ਰੋਪੇਨ, ਉਹ ਕਹਿੰਦਾ ਸੇਮ ਹੀ ਰੱਖੋ, ਕੋਈ ਚੱਕਰ ਨਹੀਂ। ਪ੍ਰੋਪੇਨ ਨੋਲ, ਪ੍ਰੋਪੇਨ ਨੋਲ, ਪਤਾ ਲੱਗ ਗਿਆ ਕੀ ਹੈ? ਇਹਦਾ ਨਾਂ ਕੀ ਹੁੰਦਾ ਸੀ? ਪ੍ਰੋਪੇਨ, ਪਿੱਛੇ ਕੀ ਲਾ ਦਿਓ? ਨਹੀਂ ਨਹੀਂ ਮੇਰੇ ਕਹਿਣ ਦਾ ਇਹ ਮਤਲਬ ਹੈ ਵੀ ਇਹਨੂੰ ਜਦੋਂ ਨੇਮਿੰਗ ਕਰਨੀ ਹੈ ਨਾ ਆਯੂਪੈਕ, ਉਦੋਂ ਅੱਠ ਵਾਂਗੂ ਹੀ ਅਜ਼ਿਊਮ ਕਰੋ ਇਹਨੂੰ, ਉਦੋਂ ਵਾਈ ਐਲ ਨਹੀਂ ਲਾਉਣਾ। ਕੀ ਨਹੀਂ ਲਾਉਣਾ ਗਾ? ਵਾਈ ਐਲ ਨਹੀਂ ਲਾਉਣਾ ਹੈ ਤਾਂ ਸਾਰੇ ਬਾਈ ਸਿੰਗਲ ਬਾਉਂਡ, ਆਹ ਦੇਖਣਾ ਯਾਰ ਇਹਦੀ ਫੋਟੋ ਦੇਖ। ਮੁੱਦਾ ਕੀ ਹੁੰਦਾ ਨਾ, ਬੌਂਡ ਦਾ ਵੀ ਹੁੰਦਾ, ਆਯੂਪੈਕ ਚ ਆਪਾਂ ਇਹ ਚੀਜ਼ ਦੇਖਾਂਗੇ, ਆਪਾਂ ਤਾਂ ਆਹ ਨਹੀਂ ਕਰਨਾ, ਆਪਾਂ ਤਾਂ ਆਹੀ ਯਾਦ ਰੱਖਣੇ ਆ, ਆਹ ਤਾਂ ਵੈਸੇ ਹੀ ਸੀਗਾ ਇੱਕ ਚੋਣ ਵਾਸਤੇ ਸੀ ਇਹ। ਆਹ ਦੇਖ ਸੀਆਂ ਤਿੰਨ, ਪ੍ਰੋਪ, ਸਟੈਪ ਬਾਏ ਸਟੈਪ ਪੜਿਆ ਕਰ।
ਸੀਆਂ ਤਿੰਨ ਪ੍ਰੋਪ ਸਿੰਗਲ ਬੌਂਡ ਏਨ ਮਗਰ ਕੀ ਲਾਤਾ ਓ ਐਚ ਮਤਲਬ ਓ ਐਲ ਪ੍ਰੋਪੇਨੋਲ ਪਤਾ ਲੱਗ ਗਿਆ ਕੀ ਪਰ ਚੱਕਰ ਇਹ ਪੈ ਗਿਆ ਨਾ ਈ ਤੇ ਉਹ ਇਕੱਠੇ ਆ ਗਏ ਬੋਵਲ ਕਦੇ ਇਕੱਠੇ ਨਹੀਂ ਆਉਂਦੇ ਇਹਦੇ ਚ ਆਯੂ ਪੈਕ ਚ ਕਦੇ ਵੀ ਬੋਵਲ ਇਕੱਠੇ ਨਹੀਂ ਆਉਣੇ ਯਾਦ ਰੱਖਣ ਆਟਾ ਦੇ ਇਹ ਬਣ ਗਿਆ ਪ੍ਰੋਪੇਨੋਲ ਕੀ ਬਣ ਗਿਆ ਇਹ